ਨਹੀਂ, ਜੇ ਸਾਥੀ ਚੰਗਾ ਮਿਲ ਜੇ ਤਾਂ ਬਹੁਤ ਫਾਇਦਾ, ਜੇ ਸਾਥੀ ਹੋਏ ਜਾਂ ਮਿਲ ਜੇ ਜਾਂ ਆਪ ਹੋਏ ਜੇ ਹੋਈਏ ਫਿਰ ਨੁਕਸਾਨ ਵੀ ਆ। ਬਾਕੀ ਜੇ ਘਰ ਵਾਲੀ ਦੇਖਦੀ ਹੋਵੇ ਫਿਰ ਤਾਂ ਫਾਇਦਾ ਹੀ ਆ। ਨਹੀਂ ਹਾਂ ਫਿਰ ਫਾਇਦਾ ਹੀ ਆ। ਆ ਕਹਿੰਦੇ ਇੱਥੇ ਆ ਕੇ ਨਹੀਂ ਵਿਆਹ ਕਰਾਉਣ ਦਿਲ ਕਰਦਾ, ਇੱਦਾਂ ਕਹਤੇ ਨਜ਼ਾਰਾ ਹੀ ਬਹੁਤ ਵਧੀਆ ਆ। ਨਹੀਂ ਬਹੁਤ ਵਧੀਆ ਵਿਊ ਹੈ ਜੀ ਇੱਥੇ। ਕਹਿੰਦੇ ਹੀ ਆਪਣੇ ਜੇ ਆਪਾਂ ਜਵਾਨਾਂ ਦੇ ਵਿੱਚ ਵੱਜਦੇ ਰਹੀਏ ਮਿਲਦੇ ਰਹੀਏ ਤਾਂ ਬੰਦਾ ਕਦੇ ਬਜ਼ੁਰਗ ਨਹੀਂ ਹੁੰਦਾ ਗਾ, ਤਾਂ ਜਵਾਨਾਂ ਨਾਲ ਮਿਲਦੇ ਰਹਿਣਾ ਚਾਹੀਦਾ। ਆਪਾਂ ਤਾਂ ਖੈਰ ਹਜੇ ਵੀ ਜਵਾਨ ਆ, ਪਰ ਉਮੀਦ ਹੈ ਅੱਗੇ ਵੀ ਮਿਲਦੇ ਰਹਾਂਗੇ ਜਵਾਨਾਂ ਨਾਲ। ਅੱਛਾ ਮੈਨੂੰ ਇਹ ਦੱਸੋ ਕਿ ਮਾਹੌਲ ਕਿੱਦਾਂ ਦਾ ਲੱਗਦਾ 3B2 ਦਾ? ਮਾਹੌਲ ਵਧੀਆ ਲੱਗਦਾ ਜੀ, ਪਹਿਲੀ ਵਾਰ ਆਏ ਹਾਂ ਅੱਜ। ਅੱਛਾ ਪਹਿਲੀ ਵਾਰੀ ਆਏ ਤੁਸੀਂ? ਦਰਅਸਲ ਮੇਰਾ ਸਵਾਲ ਸਰ ਇਹ ਸੀਗਾ, ਅੱਜ ਕੱਲ ਨਾ ਜਿਹੜੇ 2000 ਵਾਲੇ ਆ, 2004-05 ਵਾਲੇ ਤੁਹਾਨੂੰ ਪਤਾ ਵਿਆਹ ਕਰਾਈ ਜਾਂਦੇ ਆ, ਤੇ ਜਿਹੜੇ ਬਾਕੀ ਸਭ ਬੈਠੇ ਆ ਵਿਚਾਰੇ ਉਹਨਾਂ ਨੂੰ ਕੁੜੀਆਂ ਲੱਭਦੀਆਂ, ਚੱਕਰ ਕੀ ਪੈ ਗਿਆ? ਹਾਂ 90 ਵਾਲੇ ਬਿਲਕੁਲ ਸਹੀ ਗੱਲ ਕੀਤੀ, ਉਹ ਬੈਠੇ ਆ ਵਿਚਾਰੇ ਬਾਕੀ ਇਹਨਾਂ ਨੂੰ ਕੁੜੀਆਂ ਲੱਭਦੀਆਂ। ਰਾਏ ਕੀ ਆ ਤੁਹਾਡੀ ਇਸ ਬਾਰੇ? ਰਾਏ ਤਾਂ ਹੁਣ ਕੀ ਕਹਿ ਸਕਦੇ, ਆਈਲੈਟਸ ਇੱਕ ਤਾਂ ਸਭ ਤੋਂ ਵੱਡਾ ਕਾਰਨ। ਤੁਹਾਡਾ ਵਿਆਹ ਹੋਇਆ? ਮੇਰਾ ਹੋਇਆ। ਤੁਸੀਂ ਮੈਨੂੰ ਇਹ ਦੱਸੋ ਇਹਦਾ ਨੁਕਸਾਨ ਹੈ ਜਾਂ ਫਾਇਦਾ ਹੈ? ਨਹੀਂ, ਜੇ ਸਾਥੀ ਚੰਗਾ ਮਿਲ ਜੇ ਤਾਂ ਬਹੁਤ ਫਾਇਦਾ, ਜੇ ਸਾਥੀ ਹੋਏ ਜਾਂ ਮਿਲ ਜੇ ਜਾਂ ਆਪ ਹੋਏ ਜੇ ਹੋਈਏ ਫਿਰ ਨੁਕਸਾਨ ਵੀ ਆ। ਬਾਕੀ ਜੇ ਘਰ ਵਾਲੀ ਦੇਖਦੀ ਹੋਵੇ ਫਿਰ ਤਾਂ ਫਾਇਦਾ ਹੀ ਆ। ਨਹੀਂ ਹਾਂ ਫਿਰ ਫਾਇਦਾ ਹੀ ਆ, ਕਹਿ ਸਕਦੇ ਹੋ ਫਿਰ ਫਾਇਦਾ ਹੀ ਆ। ਤੁਸੀਂ ਦੱਸੋ ਸਰ? ਫਾਇਦਾ ਹੀ ਆ ਜੀ, ਫਾਇਦਾ ਹੀ ਆ। ਦੇਖੋ ਹੁਣ ਤਾਂ ਹੋ ਗਿਆ ਆ, ਹੁਣ ਤਾਂ ਹੋ ਗਿਆ, ਹੁਣ ਤਾਂ ਫਾਇਦਾ ਹੀ ਆਣਾ ਪੈਣਾ। ਹਾਂਜੀ ਇਹ ਤਾਂ ਹੈ ਜੀ। ਤੁਸੀਂ ਦੱਸੋ ਸਰ? ਉਹ ਕਹਿੰਦੇ ਵਿਆਹ ਨਹੀਂ ਹੋਇਆ ਤੁਹਾਡਾ ਹਜੇ? ਬਸ ਵਧੀਆ ਜ਼ਿੰਦਗੀ ਚੱਲੀ ਜਾਂਦੀ ਆ ਸੋਹਣੀ, ਅੱਜ ਕੱਲ ਤਾਂ ਸਾਰੇ ਵਿਆਹ ਹੀ ਆ, ਬਸ ਸਿਸਟਮ ਹੀ ਉਦਾਂ ਦਾ ਹੋਇਆ। ਅੱਛਾ ਇਹ ਦੱਸ ਦੇ ਕਰਾਉਣਾ ਕਦੋਂ ਵਿਆਹ? ਬਸ ਕਰਵਾ ਲਾਂਗੇ ਜਲਦੀ। ਇੱਥੇ ਆ ਕੇ ਤਾਂ ਨਹੀਂ ਕਰਾਉਣ ਨੂੰ ਜੀ ਕਰਦਾ। ਆ ਕਹਿੰਦੇ ਇੱਥੇ ਆ ਕੇ ਨਹੀਂ ਵਿਆਹ ਕਰਾਉਣ ਨੂੰ ਦਿਲ ਕਰਦਾ, ਇੱਦਾਂ ਕਹਤੇ ਨਜ਼ਾਰਾ ਹੀ ਬਹੁਤ ਵਧੀਆ ਆ। ਨਹੀਂ ਬਹੁਤ ਵਧੀਆ ਵਿਊ ਹੈ ਜੀ ਇੱਥੇ, ਬਹੁਤ ਵਧੀਆ ਵਿਊ, ਇੱਥੇ ਆ ਕੇ ਵਿਆਹ ਨਹੀਂ ਕਰਾਉਣ ਦਿਲ ਕਰਦਾ। ਤੁਸੀਂ ਦੱਸੋ ਸਰ, ਮਤਲਬ ਕਿ ਸਾਡਾ ਹੋ ਗਿਆ ਆ, ਇਹਨਾਂ ਦਾ ਹੋਣਾ ਚਾਹੀਦਾ ਕਿ ਨਹੀਂ ਵਿਆਹ? ਨਹੀਂ ਹੋਣਾ ਚਾਹੀਦਾ, ਵਿਆਹ ਜ਼ਰੂਰੀ ਹੈ, ਜ਼ਿੰਮੇਵਾਰੀਆਂ ਤੋਂ ਫਰਕ ਰਹਿੰਦਾ ਬੰਦਾ, ਇਸ ਕਰਕੇ ਵਿਆਹ ਕਰਾ ਕੇ ਰਾਜੀ ਨਹੀਂ ਹੈਗੇ। ਅੱਜ ਕੱਲ੍ਹ ਦੇ ਵੈਸੇ ਬਹੁਤ ਕਹਿੰਦੇ ਆ ਵੀ ਸਿੰਗਲ ਰਹੀਏ ਵਧੀਆ ਰਹਾਂਗੇ, ਬਾਹਰ ਜਾਣ ਦਾ ਮਾਹੌਲ ਜ਼ਿਆਦਾ ਹੋ ਗਿਆ ਥੋੜ੍ਹਾ ਜਿਹਾ, ਉਹ ਕਹਿੰਦੇ ਵੀ ਅਸੀਂ ਵਿਆਹ ਕਰਾਵਾਂਗੇ ਲੇਟ, ਘੱਟੋ ਘੱਟ ਵੀ 33-34 ਈਅਰ 'ਚ ਕਰਾਵਾਂਗੇ, ਨਹੀਂ ਉਦੋਂ ਪਹਿਲਾਂ ਕਰਾਉਂਦੇ ਹੀ ਨਹੀਂ ਗੇ, ਅਸੀਂ ਚੱਲੀ ਜਾਂਦਾ ਵਾ ਵਿਆਹ ਤੋਂ ਬਾਅਦ, ਇੱਥੋਂ ਵੀ ਬੜਾ ਵਧੀਆ ਨਹੀਂ ਲੱਗਦਾ ਰੋਟੀ ਖਾਣ ਚੱਲੇ ਆ ਜਾਂ ਕਿਵੇਂ ਵੀ ਆ, ਹਨਾ ਸਭ ਘੁੰਮਣ ਚੱਲੇ ਆ, ਤਾਂ ਕੋਈ ਦਿੱਕਤ ਨਹੀਂ। ਅੱਛਾ ਵਧੀਆ, ਅਗਰ ਵਧੀਆ ਤੁਸੀਂ ਕਹਿੰਦੇ ਵਿਊ ਵਧੀਆ ਆ, ਵਧੀਆ ਦੇ ਵਿੱਚ ਵਧੀਆ ਕੀ ਆ? ਰੌਣਕ ਮੇਲਾ ਜੀ ਆ ਬਾਈ, ਮਿਲ ਗਿਆ ਇੱਥੇ, ਮੇਲ ਮਿਲਾਪ ਹੁੰਦੇ ਰਹਿੰਦੇ ਆ, ਪਹਿਲੀ ਵਾਰ ਮਿਲੇ ਆ ਜੀ, ਆਈ ਬਸ ਵਧੀਆ। ਅੱਛਾ ਵਿਆਹ ਤੋਂ ਬਾਅਦ ਯਾਦ ਆਉਂਦਾ ਯਾਰ, ਪਹਿਲਾਂ ਕਿਦਾਂ ਘੁੰਮਦੇ ਹੁੰਦੇ ਸੀ ਜਵਾਨੀ 'ਚ, ਰੁਕੋ ਰੁਕੋ ਪਤਾ ਨਹੀਂ ਕੀ ਕਹਿਣਾ ਨਹੀਂ, ਕੀ ਕਹਿੰਦੇ ਮੇਰੇ ਬਾਈ ਨੂੰ ਮਿਲਣਾ ਹੈ, ਮਹਾ ਤੁਸੀਂ ਮੈਨੂੰ ਫਲੈਟ 'ਚ ਹੀ ਸੱਦ ਲੈਂਦੇ, ਤੁਸੀਂ ਖੁੱਲ੍ਹ ਕੇ ਦੱਸੋ ਵੀ ਕਾਹਦੇ ਵਾਸਤੇ ਆਏ? ਇਹ ਬਹਾਨਾ ਸੀ ਇਹਨਾਂ ਦਾ ਬਹਾਨਾ ਹੀ 3B2 ਹੁੰਦਾ, ਦੱਸੋ ਨਾ ਵੀ ਕਾਹਦੇ ਵਾਸਤੇ ਆਏ ਹੋ ਭਾਈ, ਬਾਈ ਵੀ ਇੱਥੇ ਹੀ ਮਿਲਣਾ ਸੀ ਨਾ, ਮੈਂ ਤਾਂ ਫਲੈਟ 'ਚ ਆ ਜਾਂਦਾ ਗੱਡੀ ਲੈ ਕੇ, ਮੈਂ ਤਾਂ ਤੁਹਾਡੇ ਕੋਲ ਇੱਥੇ ਪਹੁੰਚ ਜਾਂਦਾ।
ਇਹਦਾ ਕੋਈ ਚੱਕਰ ਨਹੀਂ ਸੀ, ਇਹ ਬਹਾਨਾ ਸੀ ਨਾ ਇਹਨਾਂ ਦੇ ਇੱਥੇ ਆਉਣ ਦਾ। ਕੈਮਰੇ ਵਰੀ ਦੱਸ ਦੇ ਕੋਈ ਚੱਕਰ ਨਹੀਂ ਯਾਰ, ਨਾ ਹੁਣ ਤਾਂ ਵਿਆਹ ਹੋ ਗਿਆ, ਹੁਣ ਤਾਂ ਡਰ ਕੇ ਰਹਿਣਾ ਪਊ। ਦੇਖੋ ਜੀ ਉਹ ਤਾਂ ਚੱਲੀ ਆਣਾ ਰਹਿਣਾ, ਕੁਛ ਨਹੀਂ ਕਹਿੰਦੇ, ਉਹ ਤਾਂ ਬਾਅਦ 'ਚ ਮਾਫੀ ਮੰਗ ਲੈਣਗੇ ਇੱਕ ਵਾਰੀ ਹੋ ਜਾਂਦੀ ਹੈ ਗੱਲ। ਚਲੋ ਹੋਰ ਦੱਸੋ, ਹੋਰ ਨਹੀਂ ਕਿਤੇ ਘੁਮਾਇਆ ਦੋਸਤ ਨੂੰ? ਘੁਮਾ ਦਾਂਗੇ, ਹੋਰ ਘੁੰਮਣ ਤੀ ਹੁਣ ਸਾਰੀ ਜ਼ਿੰਦਗੀ ਘੁਮਾਈ ਜਾਂਦੇ, ਇਹ ਦੁਬਾਰਾ ਘੁਮਾਈ ਜਾਣਾ ਇਹਨਾਂ ਨੇ। ਪਹਿਲਾਂ ਤੁਹਾਡਾ ਪਲਾਨ ਲੇਕ ਦਾ ਹੋ ਗਿਆ ਸੀ, ਫਿਰ ਅੱਧ ਵਿਚਾਲੇ ਮੋੜ ਲਏ ਉੱਥੇ ਵੀ ਘੁਮਾ ਲਏ, ਲੇਕ ਸਾਨੂੰ ਮਿਲੀ ਨਹੀਂ, ਲੱਭੀ ਨਹੀਂ ਹੈਗੀ, ਲੱਭੀ ਨਹੀਂ ਹੈਗੀ, ਟ੍ਰੈਫਿਕ ਜ਼ਿਆਦਾ ਸੀ, ਲੱਭੀ ਨਹੀਂ ਹੈਗੀ। ਦੱਸੋ ਸਰ ਵੀ ਤੁਸੀਂ ਵਿਆਹ ਕਰਾ ਲਿਆ ਵੀ ਟਾਈਮ ਸਿਰ ਵਿਆਹ ਕਰਾਉਣਗੇ, ਤਾਂ ਵੀ ਅੱਜ ਕੱਲ੍ਹ ਦੀ ਉਹੀ ਗੱਲ ਹੈਗੀ ਨਾ ਵੀ ਬਹੁਤ ਛੇਤੀ ਵਿਆਹ ਕਰਾਈ ਜਾਂਦੇ ਆ। ਕਦੋਂ ਮਰਜ਼ੀ ਕਰਾ ਲਓ ਜੀ, ਇਹ ਤਾਂ ਫਾਇਦੇ ਹੀ ਫਾਇਦੇ ਨੇ, ਫਸਣਾ ਤਾਂ ਹੈ, ਫਸਣਾ ਤਾਂ ਹੈ, ਜਦੋਂ ਮਰਜ਼ੀ ਫਸ ਲਓ, ਦੀ ਹਿੰਮਤ ਹੈ, ਇਹ ਤਾਂ ਬੰਦੇ ਦੀ ਜ਼ਰੂਰਤ ਹੁੰਦੀ ਹੈ, ਕਈ ਜਲਦੀ ਕਰਵਾ ਜਾਂਦਾ, ਕਈ ਤੁਰੀ ਫਿਰਦੇ ਰਹਿੰਦੇ ਅਜੇ ਵਿਚਾਰੇ। ਨਹੀਂ ਇਹ ਤਾਂ ਬੰਦੇ ਤੇ ਡਿਪੈਂਡ ਹੈ ਨਾ, ਕਈ ਫਸ ਕੇ ਵੀ ਯਾਦ ਹੋ ਜਾਂਦੇ ਆ, ਕਈ ਯਾਦ ਹੋ ਕੇ ਵੀ ਨਹੀਂ ਮਤਲਬ ਫਸਦੇਗੇ, ਤਾਂ ਬੰਦੇ ਤੇ ਡਿਪੈਂਡ ਹੈ ਜੀ। ਬਾਕੀ ਡਰਨ ਡਰਨ ਵਾਲੀ ਕੋਈ ਗੱਲ ਨੀ, ਚਲੋ ਉਹ ਤਾਂ ਸਾਰਿਆਂ ਦੇ ਵਿਆਹ ਹੋਏ ਹੁੰਦੇ ਆ, ਆਪਾਂ ਕਿਹੜਾ ਕੋਈ ਗਲਤ ਉਹ ਕਰਦੇ ਹੋ, ਇਹਦਾ ਇੰਜੋਇਮੈਂਟ ਆ, ਬੰਦਾ ਕਦੇ ਕਦੇ ਖਾ ਪੀ ਲੈਂਦਾ, ਵਧੀਆ ਬਾਕੀ ਘੁੰਮਣਾ ਚਾਹੀਦਾ ਦੋਸਤਾਂ ਦੇ ਨਾਲ, ਉਹੀ ਕਹਿੰਦੇ ਜੇ ਬੱਚਾ ਅੰਦਰ ਲਾ ਮਰ ਜਾਵੇ ਤਾਂ ਫਿਰ ਫਾਇਦਾ ਕੋਈ ਨੀ। ਹੁਣ ਆਪਾਂ ਦਿਨ ਰਾਤ ਕੰਮ ਕਰਦੇ ਤੇ ਘੁੰਮੇ ਫਿਰੇ ਵੀ ਨਾ, ਉਹਦਾ ਕੋਈ ਫਾਇਦਾ ਨੀ, ਕਮਾਈਆ ਕਰੀਏ, ਸਟ੍ਰੈਸ ਲਾ, ਮਤਲਬ ਕਿ ਜ਼ਿਆਦਾ ਉਹ ਹਾਈ ਹੋ ਜਾਏ ਜਦੋਂ ਹੁੰਦਾ, ਰਿਲੈਕਸ ਵਾਸਤੇ ਜ਼ਰੂਰੀ ਆ। ਬਜ਼ੁਰਗ ਕਹਿੰਦੇ ਹੀ ਆਪਣੇ, ਜੇ ਆਪਾਂ ਜਵਾਨਾਂ ਦੇ ਵਿੱਚ ਵੱਜਦੇ ਰਹੀਏ, ਮਿਲਦੇ ਰਹੀਏ, ਤਾਂ ਬੰਦਾ ਕਦੇ ਬਜ਼ੁਰਗ ਨਹੀਂ ਹੁੰਦਾ ਗਾ, ਤਾਂ ਜਵਾਨਾਂ ਨਾਲ ਮਿਲਦੇ ਰਹਿਣਾ ਚਾਹੀਦਾ। ਆਪਾਂ ਤਾਂ ਖੈਰ ਹਜੇ ਵੀ ਜਵਾਨ ਆ, ਪਰ ਉਮੀਦ ਹੈ ਅੱਗੇ ਵੀ ਮਿਲਦੇ ਰਹਾਂਗੇ ਜਵਾਨਾਂ ਨਾਲ, ਜਿਨ੍ਹਾਂ ਨੂੰ ਮਿਲ ਕੇ ਬਜ਼ੁਰਗ ਨਹੀਂ ਹੁੰਦਾ। ਤੁਹਾਡੇ ਵੱਲ ਇਸ਼ਾਰਾ ਕੀਤਾ, ਸਾਡੇ ਕਿ ਨਹੀਂ ਤਾਂ ਇਸ਼ਾਰੇ ਵੀ ਕਰੀ ਜਾਂਦੇ ਭਾਈ, ਇਹ ਤਾਂ ਜਵਾਨ ਦਾ ਮਤਲਬ ਜਵਾਨੀ ਤੋਂ ਹੈ, ਭਰਾ ਵੀ ਤਾਂ ਜਵਾਨ ਹੁੰਦਾ ਹੀ ਆ, ਸਾਰੇ ਜਵਾਨ ਹੁੰਦੇ ਆ, ਇਹ 'ਚ ਕੋਈ ਸ਼ੱਕ ਨਹੀਂ ਆ। ਚਲੋ ਵਧੀਆ, ਬਹੁਤ ਵਧੀਆ ਗੱਲਾਂ ਕਰਦੇ ਸਾਰੇ, ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ, ਇੰਜੋਏ ਕਰੋ, ਬਾਕੀ ਉਹ ਭੱਜ ਗਏ ਤੇ ਤੁਹਾਡੇ ਪਿੱਛੇ ਵਾਲੇ, ਇੱਕ ਵਾਰ ਆਏ, ਇੱਕ ਵਾਰ ਇਹਨੂੰ ਪਤਾ ਵੀ ਪਹਿਲਾਂ ਹੀ ਕੋਈ ਗੱਲਬਾਤ ਸਾਡੀ ਉਧਰ ਉਧਰ ਹੋਊਗੀ। ਅੱਛਾ ਫਿਰ ਤਾਂ ਤੁਹਾਨੂੰ ਬੋਲਣਾ ਚਾਹੀਦਾ ਸੀ, ਯਾ ਹੋਵੇ ਨਾ ਬਈ ਯਾਰ ਦੇਖਦੀ ਆ ਮੈਨੂੰ ਘਰ ਵਾਲੀ, ਇਹਦੀ ਏਦਾਂ ਨਹੀਂ ਜਿਹੜਾ ਕੰਮ ਰਿਸ਼ਤਾ ਰੁਸ਼ਤਾ ਹੋਊਗਾ, ਗੱਲਬਾਤ ਹੋ ਗਈ, ਅਗਲਾ ਹੋਵੇ ਤਾਂ ਟੀਵੀ ਤੇ ਹੁੰਦਾ ਸੀ ਕੋਈ ਗੱਲਬਾਤ ਹੋ ਗਈ ਹੋਣੀ, ਹੈਨਾ ਹੁੰਦਾ ਹੀ ਹੈ ਫਿਰ ਬੰਦੇ ਤੋਂ ਬਾਅਦ ਸੈੱਟ ਹੋਣ ਦਾ ਵੀ, ਆਪਣੇ ਨਾਲ ਜੋ ਕੁਛ ਹੋਣਾ ਸੀ ਹੋ ਗਿਆ, ਆਪਾਂ ਹੁਣ ਸਾਹਮਣੇ ਆ, ਆਪਾਂ ਨੂੰ ਪਰਵਾਹ ਨਹੀਂ ਗੀ, ਆਪਾਂ ਤਾਂ ਖੁੱਲੀ ਕਿਤਾਬ ਵਾਲਾ ਕੰਮ ਪਿਆ ਹੋਇਆ ਆਪਣਾ, ਤਾਂ ਜਿਹੜਾ ਮਰਜ਼ੀ ਪੜ੍ਹਨਾ ਪੜ੍ਹ ਲਓ, ਇਹ ਤਾਂ ਵਿਆਹ ਕੇ ਵੀ ਇੰਜੋਏ ਕਰਦੇ, ਇੱਦਾਂ ਦੇ ਬੰਦੇ ਹੋਣੇ ਚਾਹੀਦੇ ਨਹੀਂ, ਇੰਜੋਏ ਕਰਨਾ ਚਾਹੀਦਾ, ਵਧੀਆ ਨਜ਼ਾਰੇ ਲਓ ਜ਼ਿੰਦਗੀ ਦੇ, ਇਸ ਤੋਂ ਇਲਾਵਾ ਕੁਛ ਨਹੀਂ ਹੈਗਾ, ਕੀ ਪਤਾ ਕਿਹੜੇ ਟਾਈਮ ਘੁੱਗੀ ਬੋਲੋ ਜੀ। ਠੀਕ ਆ ਜੀ, ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਹੁਣ ਇੰਜੋਏ ਕਰੋ ਤੁਸੀਂ ਆਪਣਾ, ਥੈਂਕ ਯੂ ਜੀ।